ਬੀਤੀ ਦੇਰ ਸ਼ਾਮ ਅਜਨਾਲਾ ਨੇੜਲੇ ਪਿੰਡ ਨੰਗਲ ਵੰਝਾਂ ਵਾਲਾ ਵਿਖੇ ਦੋ ਧਿਰਾਂ ਦਰਮਿਆਨ ਹੋਈ ਲੜਾਈ ਉਪਰੰਤ ਰਾਜ਼ੀਨਾਮਾ ਕਰਵਾਉਣ ਜਾ ਰਹੇ ਇੱਕ ਮਹਿਲਾ ਸਰਪੰਚ ਦੇ ਪਤੀ ਉੱਤੇ ਇੱਕ ਧਿਰ ਦੇ ਵਿਅਕਤੀ ਵੱਲੋਂ ਗੋਲੀ ਮਾਰ ਦੇਣ ਕਾਰਨ ਮਹਿਲਾ ਸਰਪੰਚ ਦੇ ਪਤੀ ਦੀ ਮੌਤ ਹੋ ਗਈ, ਜਦਕਿ ਉਸਦਾ ਪੁੱਤਰ ਤੇ ਇੱਕ ਹੋਰ ਵਿਅਕਤੀ ਵੀ ਜ਼ਖਮੀ ਹੋ ਗਿਆ। ਮ੍ਰਿਤਕ ਸੁਖਵਿੰਦਰ ਸਿੰਘ ਦੇ ਪੁੱਤਰ ਗੁਰਪ੍ਰੀਤ ਸਿੰਘ ਨੇ ਪੂਰੇ ਮਾਮਲੇ ਸੰਬੰਧੀ ਜਾਣਕਾਰੀ ਦਿੱਤੀ। ਮੇਰਾ ਨਾਮ ਗੁਰਪ੍ਰੀਤ ਸਿੰਘ ਹੈ, ਫਾਦਰ ਮੇਰਾ ਨਾਮ ਸਰਦਾਰ ਸੁਖਵਿੰਦਰ ਸਿੰਘ ਆ, ਸਰਪੰਚ ਪਿੰਡ ਦੇ ਉੱਚੀ ਬੋਲ ਰਹੇ ਅਤੇ ਪਿੰਡ ਝਗੜਾ ਆਇਆ ਕਿਸੇ ਦਾ, ਅਸੀਂ ਰਾਜੀਨਾਮਾ ਕਰਵਾਉਣੀ ਗਏ, ਮੈਂ ਅਤੇ ਡੈਡੀ ਉਹਨਾਂ ਦਾ ਫੋਨ ਆਇਆ ਵੀ ਇੱਦਾਂ ਸਾਡਾ ਝਗੜਾ ਆਇਆ, ਉਹ ਅਸੀਂ ਗਏ ਹਾਂ ਪਿੰਡ ਉਹਨਾਂ ਦੇ ਘਰ ਗਏ ਹਾਂ ਅਤੇ ਉਹ ਜਾ ਕੇ ਸਾਨੂੰ ਵੇਖਦਾ ਸਾਰ ਲੜਕਾ ਰੇਡਾ ਪਏ ਮਾਰਨ, ਉਹਨਾਂ ਸਾਡੇ ਫਾਦਰ ਸਾਹਿਬ ਦੇ ਸਿੱਧੀ ਗੋਲੀ ਮਾਰ। ਕੌਣ ਬੰਦਾ, ਕਿੰਨੇ ਮਾਰੀ ਕੋਲ? ਬਲਵਿੰਦਰ ਸਿੰਘ ਬਿੰਦਾ ਉਹਦਾ ਨਾਮ ਆ, ਨਾਲ ਮੱਖਣ ਸਿੰਘ, ਨਾਲ ਇੱਕ ਮੰਡੋ ਮੁੰਡਾ ਉਹਦਾ ਹੈਗਾ ਵਾ ਬਲਵਿੰਦਰ ਗੁਰਦੇਵ ਸਿੰਘ, ਇੱਕ ਲਾਲਜੀਤ ਸਿੰਘ ਅਤੇ ਇੱਕ ਗੁਰਜੰਟ ਸਿੰਘ, ਨਾਲ ਇੱਕ ਉਹਨਾਂ ਦਾ ਪ੍ਰਾਹੁਣਾ ਆਇਆ ਘਰ, ਇੱਕ ਉਹ ਆਏ। ਅੱਛਾ, ਕਿਉਂ ਮਾਰੀ, ਕਿਉਂ ਗੋਲੀ ਦੱਸਿਆ ਨਹੀਂ ਕਿ ਕਿਉਂ? ਕੁਛ ਨਹੀਂ, ਸਾਨੂੰ ਵੇਖ ਕੇ ਲਕਾਰੇ ਮਾਰਤੇ ਉਹਨਾਂ ਮੱਖਣ ਸਿੰਘ ਨੇ, ਅਤੇ ਮੱਖਣ ਸਿੰਘ ਨੇ ਗਾਹ ਗੋਲੀ ਮਾਰਦੇ ਤੇ ਆ ਗਿਆ ਹੀ, ਉਹਨੇ ਪਹਿਲੀ ਗੋਲੀ ਡੈਡੀ 'ਤੇ ਮਾਰੀ ਆ, ਦੂਸਰਾ ਫੈਰ ਮੇਰੇ ਵੱਲ ਕੀਤਾ, ਮੇਰੇ ਮੱਥੇ 'ਤੇ ਫੈਰ ਲੱਗਾ, ਤੀਸਰਾ ਫੈਰ ਵੀਰਿਆ ਦਾਸ ਉਹਨਾਂ ਵੱਲ ਕੀਤਾ, ਉਹਨਾਂ ਦੇ ਬਾਂਹ 'ਤੇ ਲੱਗਾ। ਅੱਛਾ, ਅਤੇ ਲੜਾਈ ਕਿਹਦੀ ਕਿਹਦੀ ਹੋਈ ਜਿਹੜੀ ਤੁਸੀਂ ਰਾਜੀਨਾਮਾ ਕਰੋਗੇ? ਲੜਾਈ ਗੁਰਬਾਜ ਸਿੰਘ ਦੀ ਅਤੇ ਬਲਵਿੰਦਰ ਸਿੰਘ ਦੀ, ਇਹਨਾਂ ਦੋਵਾਂ ਦੀ ਹੋਈ ਆ, ਅੱਛੀ ਲੜਾਈ ਹੋਈ। ਅੱਛਾ, ਅਸੀਂ ਰਾਜੀਨਾਮੇ 'ਤੇ ਗਏ। ਅੱਛਾ, ਕੀ ਮੰਗ, ਕੀ ਕਰਦੇ, ਕੀ ਕਰੋਗੇ? ਜੀ ਸਾਨੂੰ ਇਨਸਾਫ ਮਿਲਣਾ ਚਾਹੀਦਾ। ਉੱਥੇ ਹੀ ਅਜਨਾਲਾ ਦੇ SHO ਅਮਨਦੀਪ ਸਿੰਘ ਨੇ ਕਿਹਾ ਕਿ ਦੋਸ਼ੀਆਂ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਦੋਸ਼ੀਆਂ ਨੂੰ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਕਰੀਬ ਰਾਤ 9:30 ਵਜੇ ਦਾ ਟਾਈਮ ਸੀਗਾ, ਇੱਕ ਇਨਫੋਰਮੇਸ਼ਨ ਆਈ ਕਿ ਸੁਖਵਿੰਦਰ ਸਿੰਘ ਪੁੱਤਰ ਗੰਭੀਰ ਸਿੰਘ ਪਿੰਡ ਵੰਝਾਂ ਵਾਲਾ ਦੀ ਲੜਾਈ ਦੌਰਾਨ ਗੋਲੀ ਲੱਗ ਗਈ ਹੈ, ਜਿਹੜਾ IVI ਹਸਪਤਾਲ ਅੰਮ੍ਰਿਤਸਰ ਦਾਖਲ ਆ, ਜਿਹੜੇ ਇਲਾਜ ਆ ਪੀਪਲਸ ਪਾਰਟੀ ਜਿਹੜੀ, ਜੋ ਅਸੀਂ ਉੱਥੇ ਮੌਕੇ 'ਤੇ ਗਏ ਨੇ, ਮੌਕੇ 'ਤੇ ਜਾ ਕੇ ਸੁਖਵਿੰਦਰ ਸਿੰਘ ਦਾ ਬੇਟਾ ਗੁਰਪ੍ਰੀਤ ਸਿੰਘ ਸਾਨੂੰ ਮਿਲਿਆ। ਗੁਰਪ੍ਰੀਤ ਸਿੰਘ ਨੇ ਸਾਨੂੰ ਜੋ ਆਪਣਾ ਬਿਆਨ ਤਹਿਰੀਰ ਕਰਾਇਆ ਕਿ ਉਹਨਾਂ ਨੂੰ, ਇਹ ਪਿਤਾ ਨੂੰ ਸਾਡੇ ਪਿੰਡ ਦੇ ਗੁਰਬਾਜ ਸਿੰਘ ਪੁੱਤਰ ਬਲਬੀਰ ਸਿੰਘ ਦਾ ਫੋਨ ਆਇਆ ਕਿ ਉਹਨਾਂ ਦੀ ਬਲਵਿੰਦਰ ਸਿੰਘ ਪੁੱਤਰ ਬਲਵੰਤ ਸਿੰਘ ਹੋਣਾਂ ਨਾਲ ਲੜਾਈ ਹੋ ਗਈ ਹੈ ਅਤੇ ਆਣ ਕੇ ਸਾਡਾ ਫੈਸਲਾ ਕਰਾਓ, ਜਿਸ 'ਤੇ ਮੈਂ ਅਤੇ ਮੇਰਾ ਪਿਤਾ ਐਕਟਿਵਾ 'ਤੇ ਸਵਾਰ ਹੋ ਕੇ ਉਹਨਾਂ ਦੇ ਘਰਾਂ ਗੁਰਬਾਜ ਸਿੰਘ ਦੇ ਘਰ ਗਏ। ਗੁਰਬਾਜ ਸਿੰਘ ਦੇ ਘਰ ਜਾ ਕੇ ਉਹ ਅਜੇ ਰੁਕੇ ਹੀ ਹਾਂ ਅਤੇ ਉੱਨੇ ਚਿਰ ਨੂੰ ਬਾਹਰ ਬਲਵਿੰਦਰ ਸਿੰਘ ਨਾਲ ਹੋਰ ਮੱਖਣ ਸਿੰਘ, ਗੁਰਦੇਵ ਸਿੰਘ, ਗੁਰਜੰਟ ਸਿੰਘ ਅਤੇ ਹੋਰ ਕੁਛ ਦੋਸ਼ੀ ਵਗੈਰਾ ਇਹ ਰੌਲਾ ਪਾ ਕੇ ਬਾਹਰ ਲਲਕਾਰੇ ਮਾਰਦੇ ਪਏ ਸੀਗੇ ਵੀ ਗੁਰਬਾਜ ਸਿੰਘ ਨੂੰ ਜਿਹੜਾ ਮੈਂ ਸਵਿੱਚ ਕੱਟਿਆ ਵਾ, ਬਿਜਲੀ ਦਾ ਸਵਿੱਚ ਕੱਟਿਆ, ਉਹਨੂੰ ਸਵਿੱਚ ਨੂੰ ਲਗਾਉਣ ਦਾ ਮਜ਼ਾ ਦੱਸਦੇ ਹਾਂ। ਜਦੋਂ ਇਹ ਬਾਹਰ ਨਿਕਲੇ ਨੇ, ਬਾਹਰ ਨਿਕਲ ਕੇ ਸੁਖਵਿੰਦਰ ਸਿੰਘ ਸਰਪੰਚ ਨੇ ਅਜੇ ਪੁੱਛਣ ਦੀ ਕੋਸ਼ਿਸ਼ ਹੀ ਕੀਤੀ ਆ ਕਿ ਬਲਵਿੰਦਰ ਸਿੰਘ ਕੀ ਗੱਲ ਹੈ, ਕਿਹੜੀ ਗੱਲੋਂ ਲੜ ਰਹੇ ਨੇ। ਇੰਨੇ ਨੂੰ ਜਿਹੜਾ ਬਲਵਿੰਦਰ ਸਿੰਘ ਨੇ ਆਪਣੇ ਦਸਤੀ 12 ਬੋਰ ਦਾ ਗੋਲੀ ਜਿਹੜੀ ਉਹਨਾਂ 'ਤੇ ਚਲਾਉਣੀਆਂ ਸ਼ੁਰੂ ਕਰਤੀਆਂ, ਜੋ 4 ਫਾਇਰ ਕੁੱਲ ਕੀਤੇ ਆ ਜੀ, ਜੋ ਸੁਖਵਿੰਦਰ ਸਿੰਘ ਦੇ ਸੱਜੀ ਵੱਖੀ 'ਚ ਬੁਲਟ ਲੱਗੀ ਹੈ ਜਿਹਦੇ ਨਾਲ ਉਹਦੀ ਮੌਤ ਹੋ ਗਈ, ਅਤੇ ਉਹਨਾਂ ਦੇ ਬੇਟੇ ਦਾ ਬਿਆਨ ਲੈ ਕੇ ਮੁਕੱਦਮਾ ਦਰਜ ਦੋਸ਼ੀਆਂ ਖਿਲਾਫ਼ ਕੀਤਾ ਅਤੇ ਅੱਗੇ ਜਿਹੜੀ ਕਾਰਵਾਈ ਜਾਰੀ ਹੈ, ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਰੇਡ ਕਰਕੇ ਗ੍ਰਿਫਤਾਰ।